ਕੁਵਰ ਵਿਯੋਗੀ ਦਾ ਅਤੇ ਮੇਰਾ ਇੱਕ ਸਾਂਝਾ ਰਿਸ਼ਤਾ ਇਹ ਆ ਜੇ ਅਸੀਂ ਦੋਨੇ ਹੀ ਦੇਸ ਨਿਕਾਲਾ ਥੋਏ ਦਾ। ਮੰਮੀ ਜੰਮੂ ਦਾ ਬਾਹਰ ਰਹਿੰਦੀ ਸੀ, ਉਹ ਵੀ ਜੰਮੂ ਦਾ ਬਾਹਰ ਗਈ ਉੱਠੀ। ਮਤਲਬ ਹੈ ਕਵੀ ਤਾਂ ਉਹ ਹੈਗਾ ਇਹ, ਅਤੇ ਕਵੀ ਮੂਰਖ ਹੁੰਦੇ ਨੇ, ਇਹਦੇ 'ਚ ਕਿਸੇ ਸ਼ੱਕ ਨਹੀਂ ਹੋਣਾ ਚਾਹੀਦਾ। ਇਸ਼ਕ ਕੋ ਦਿਲ ਮੇਂ ਦੇ ਜਗ੍ਹਾ ਅਕਬਰ, ਇਲਮ ਸੇ ਸ਼ਾਇਰੀ ਨਹੀਂ ਆਤੀ। ਅਕਬਰ ਇਲਾਹਾਬਾਦੀ ਨੇ ਵੀ ਇਹ ਲਿਖਿਆ ਹੈ। ਔਰ ਜਿਹੜੇ ਆ ਸਲੋਕ ਕਵੀ ਹੁੰਦੇ ਆ, ਸਾਰੇ ਮਨੇ 'ਚ ਸਿਰਫ ਪਿਆਰ ਗਿਆ ਪਿਆਰ ਹੁੰਦਾ ਸਾਰੇ ਵਾਸਤੇ, ਬੂਟੇ ਵਾਸਤੇ ਵੀ, ਫੁੱਲੇ ਵਾਸਤੇ ਵੀ, ਕੰਢੇ ਵਾਸਤੇ ਵੀ, ਲੋਕਾਂ ਵਾਸਤੇ ਵੀ, ਬੱਚਿਆਂ ਵਾਸਤੇ ਵੀ। ਵਿਯੋਗੀ ਜੀ ਵੀ ਉਹਨੇ ਆਪਣਾ ਤਖੱਲਸ ਗਿਆ ਵਿਯੋਗੀ ਰੱਖੇ ਦਾ ਹਾ, ਤੋ ਬੜਾ ਫਿੱਟ ਆਉਂਦਾ ਹੁੰਦੇ। ਪਰ ਮੈਂ ਆਖਦੀ ਹੁੰਦੀ ਤੁਸੀਂ ਸ਼ਾਇਦ ਵਿਯੋਗੀ ਤਖੱਲਸ ਰੱਖ ਲਿਆ। ਮੈਂ ਆਖ ਲਏ ਤੁਸੀਂ ਕੋਈ ਤਖੱਲਸ ਨਹੀਂ ਰੱਖਿਆ। ਮੈਂ ਕਿਹਾ ਮੀ ਲੋਕ ਆਖਦੇ ਤੂੰ ਤਖੱਲਸ ਰੱਖ ਚੁ, ਕਿ ਮੈਂ ਡੋਗਰੀ ਦੀ ਪਹਿਲੀ ਕਵਿਤਰੀ ਸੀ ਔਰ ਬੜਾ ਹੰਗਾਮਾ ਹਾ ਬਈ, ਇੱਕ ਕੁੜੀ ਵੀ ਉੱਠੀ ਆਈ ਹੈ ਲਿਖਣ ਵਾਲਿਆਂ 'ਚ ਬੜੀ ਸ਼ਾਮਿਲ ਹੋਈ ਗਈ ਹੈ। ਅਤੇ ਪਰ ਮੈਂ ਇਹ ਸਮਝਦੀ ਸੀ ਜੇ ਇੱਕ ਕਵਿਤਾ ਲਿਖੋ ਉਹਦੇ ਬਾਅਦ ਇੰਨਾ ਡਰ ਲੱਗਦਾ ਕਿ ਦੂਈ ਕਦੋਂ ਆਓਗ। 10 ਸਾਲੀਆਂ ਚੱਲਦਾ ਰਿਹਾ, ਪੂਰੀ ਕਿਤਾਬ ਵਾਸਤੇ ਕਵਿਤਾ ਕਿੱਠੀ ਹੋ ਗਈਆਂ। ਉਹਦੇ ਬਾਅਦ ਜਿਸਲੇ ਪੜ੍ਹਨਾ ਹੱਥ, ਜਿੰਨੇ ਚਿਰ ਮੈਂ ਬੈਠੀ ਰਹੀ ਥੱਲੇ ਅਤੇ ਜਨਾਨੀ ਇੱਕ ਦੂਏ ਆਖਣ, ਕੁੜੀ ਇਹ ਵੀ ਇਹਨੇ ਰਾਸਤਾਰੀਏ ਕੰਨੇ ਆਈ ਦੀ ਹੈ, ਕੁੜੀ ਰਾਸਤਾਰੀਏ ਬਲੇ ਰਾਸ ਕਰਨੇ ਵਾਲੇ ਆਪਣਾ ਜੀਆਂ, ਮਤਲਬ ਹੈ ਰਾਮਾਇਣ ਦੀ ਕਥਾ ਕਰਨੇ ਵਾਲੇ ਹੁੰਦੇ ਨੇ ਜਾਂ ਹੋਰ ਕੋਈ ਸਾਡੀ ਲੋਕ ਕਥਾਏ ਦੇ ਨਾਇਕ ਹੁੰਦੇ ਨੇ ਇਆਂ, ਉਹਨੇ ਨਾ ਪਤਾ ਕਵੀ ਕੀ ਹੁੰਦਾ ਹੈ, ਕਵਿਤਰੀਆਂ ਕੀ ਹੁੰਦੀਆਂ ਹਨ। ਅਤੇ ਮੇਰਾ ਅਤੇ ਕੁੰਵਰ ਵਿਯੋਗੀ ਦਾ ਹਾਲ ਇੱਕ ਕਹਿੰਦੇ ਹਾਂ, ਕੁੰਵਰ ਔਰ ਹਮੇਸ਼ਾ ਸਕਰੀਏ ਰਹਿੰਦੇ ਸੀ, ਮੀ ਜੀਆਂ ਆਉਂਦਾ ਚੇਤਾ ਆਉਂਦਾ, ਬੜੇ ਸਕਰੀਏ ਰਹਿੰਦੇ ਹਰ ਚੀਜ਼ 'ਚ। ਮਤਲਬ ਹੈ ਜਿੱਥੇ ਗੋਸ਼ਠੀ ਹੋਇਆ ਉੱਥੇ ਜ਼ਰੂਰ ਜਾਣਾ, ਜਿੱਥੇ ਲਿਖਣੇ ਪੜ੍ਹਨੇ ਵਾਲੇ ਲੋਕ ਹੋਣ ਉੱਥੇ ਬਹੁਣਾ, ਕੰਮ ਵੀ ਕਰਨਾ, ਕੰਮ ਵੀ ਕਰਦੇ ਰਹੇ, ਨੌਕਰੀਆਂ ਕਰਦੇ ਰਹੇ, ਬੱਚੇ ਸੱਚੇ ਹੋਏ, ਅਤੇ ਗ੍ਰਸਤੀ ਵੀ ਲਾੜੀ ਕੰਨੇ ਬੜੇ ਸੁਖੀ ਹੈ। ਲਾੜੀ ਬੜੀ ਚੰਗੀ ਹੁੰਦੀ ਸਾਡੇ ਜੰਮੂ ਦੀ, ਜੰਮੂ ਦੀ ਗਈ ਉਹ ਸਾਡੇ ਜਾਗਤਾਂ ਹੀ ਅੱਜ ਕੱਲ੍ਹ ਬੜੀ ਲੁਮਕ ਲੱਗੀ ਦੀ, ਬਾਹਰ ਜਾਈਏ ਵਿਆਹ ਕਰਦੇ। ਮੈਂ ਆਖਿਆ ਤੁਸੀਂ ਆਪਣੇ ਸ਼ਹਿਰਾਂ 'ਚ ਨਹੀਂ ਲੱਭਦੀਆਂ ਕੁੜੀਆਂ, ਬਾਹਰ ਜਾਈਏ ਵਿਆਹ ਕਰਾ ਲਏ ਤੁਸੀਂ, ਉਹ ਵੀ ਕੁੰਡੇ ਵਿਆਹ ਹੋਈ ਜਾਣ। ਮਤਲਬ ਹੈ ਜਿਹੜੀਆਂ ਸਾਡੇ ਘਰ ਆਉਣ ਡੋਗਰੀ ਬੋਲਣ ਅਤੇ ਸਾਡੇ ਬੱਚੇ ਵੀ ਡੋਗਰੀ ਬੋਲਣ, ਵੀ ਹੋਰ ਕੋਈ ਇਤਰਾਜ਼ ਨਹੀਂ ਹੈ। ਕੁਤੇ ਕੰਨੇ ਵੀ ਕੁਸੇ ਕੁੜੀ ਕੰਨੇ ਵੀ ਵਿਆਹ ਕਰੋ, ਪਰ ਮਾਤਰੀ ਭਾਸ਼ਾ ਚੂੰਕਿ ਬੜੀ ਸਾਰੇ ਕੋਲ ਉੱਚੀ ਚੀਜ਼ ਹੁੰਦੀ ਹੈ ਕਿ ਉਹ ਬੱਚੀ ਦੀ ਰੋਣੀ ਹੈ, ਅਤੇ ਮਾਤਰੀ ਭਾਸ਼ਾ ਜਿਹੜੀ ਹੈ ਉਹ ਜਿਹੜੀਆਂ ਲਾੜੀਆਂ ਨੂੰ ਆ ਬੋਲਣ ਉਹ ਵੀ ਜ਼ਿਆਦਾ ਅੱਛੀਆਂ ਲੱਗਦੀਆਂ, ਚੂੰਕਿ ਬੱਚੇ ਕੰਨੇ ਉਹ ਡੋਗਰੀ ਬੋਲਣ ਅਤੇ ਡੋਗਰੀ ਸਾਰੀ ਜਿਹੜੀ ਹੈ ਅੱਗੇ ਵੱਧ ਫੁੱਲਗ। ਕੁੰਵਰ ਵਿਯੋਗੀ ਹੋਰੇ ਡੋਗਰੀ ਅੱਗੇ ਚਲਾਉਣੇ ਵਾਸਤੇ ਬੜੇ ਕੰਮ ਕੀਤੇ, ਲਿਖਣਾ ਤਾਂ ਹੈਗਾ ਹਾ, ਬਾਕੀ ਉਹਨੇ ਜਿੱਥੇ ਜਿੱਥੇ ਰਹਿੰਦੇ ਸੀ ਸਭ ਜਗ੍ਹਾ ਪ੍ਰਚਾਰ ਵੀ ਕਰਦੇ ਸੀ ਕਿ ਬਈ ਸਾਡੀ ਇਹ ਭਾਸ਼ਾ ਡੋਗਰੀ ਹੈ। ਔਰ ਕਦੇ ਉਹਨੇ ਇਹ ਨਹੀਂ ਆਖਿਆ ਕਿ ਮੈਂ ਡੋਗਰੀ ਦਾ ਰਾਈਟਰ ਨਹੀਂ ਹਾਂ ਜਾਂ ਹਿੰਦੀ ਦਾ ਰਾਈਟਰ, ਨਾ, ਹਮੇਸ਼ਾ ਡੋਗਰੀ ਦਾ ਗੈ ਨਾਂ ਲੈਂਦੇ ਸੀ। ਕਦੇ ਕਦੇ ਮੈਂ ਉਹਦੀਆਂ ਚਿੱਠੀਆਂ ਆਉਂਦੀਆਂ ਹੁੰਦੀਆਂ ਹਾਂ, ਕਦੇ ਕਦੇ ਟੈਲੀਫੋਨ, ਲਾਸਟ 'ਤੇ ਟੈਲੀਫੋਨ ਗਿਆ ਆਇਆ। ਇੱਕ ਦਿਨ ਮੈਂ ਉਹਨੇ ਫੋਨ ਕੀਤਾ, ਬੜੀ ਲੰਮੀ ਗੱਲ ਹੋਈ, ਫਿਰ 2-4 ਦਿਨ ਬਾਅਦ ਉਹਦਾ ਫੋਨ ਆਇਆ, ਆਖ ਲੱਗੇ ਪਦਮਾ ਜੀ ਤੁਸੀਂ ਉਸ ਦਿਨ ਗੱਲ ਕੀਤੀ, ਕਈ ਗੱਲਾਂ ਰਹਿ ਗਈਆਂ। ਮੈਂ ਆਖਿਆ ਵੀ ਯੋਗੀ ਜੀ ਐਸੀ ਗੱਲ ਹੈ ਕਿ ਗੱਲਾਂ ਰਹੀ ਗਿਆ ਜਾਣੀਆਂ, ਗੱਲਾਂ ਕਦੇ ਖਤਮ ਨਹੀਂ ਹੁੰਦੀਆਂ। ਔਰ ਮੈਂ ਬੜੀ ਖੁਸ਼ ਹਾਂ। ਦੇਖੋ ਪਹਿਲੇ ਲੋਕ ਆਖਦੇ ਹੁੰਦੇ ਸੀ ਕਿ ਮਾਏ ਪੁੱਤਰ ਜ਼ਰੂਰ ਲੋੜ 'ਚ ਦਾ ਅੱਗੇ ਬਹਿ ਸਕੀਆਂ ਵਧਣਾ, ਅਤੇ ਅੱਜ ਕੱਲ੍ਹ ਮੈਂ ਦੇਖਾ ਕਰਨੀ ਹਾਂ ਕੁੜੀਆਂ ਇੰਨੀਆਂ ਚੰਗੀਆਂ ਨੇ ਆਪਣੇ ਮਾਂ ਪਿਓ ਵਾਸਤੇ, ਇਹ ਉਹਦੀਆਂ 3 ਕੁੜੀਆਂ ਨੇ ਔਰ ਇੰਨਾ ਅੱਛਾ ਕੰਮ ਕਰਾ ਕਰਦੀਆਂ ਨੇ ਉਹਦੀ ਯਾਦ ਵਾਸਤੇ, ਤਾਂ ਕਿ ਕੁੰਵਰ ਵਿਯੋਗੀ ਔਰ ਸਾਡੇ ਕੰਨੇ ਗਏ ਰਹਿਣ ਆਪਣੀ ਕਿਤਾਬਾਂ ਦੇ ਜ਼ਰੀਏ, ਅਤੇ ਉਹ ਸਾਡੇ ਕੰਨੇ ਗਏ ਨੇ, ਪਰ ਇਹ ਜਿਹੜੇ ਪ੍ਰੋਗਰਾਮ ਹੁੰਦੇ ਨੇ ਇਹਦੇ ਜ਼ਰੀਏ ਵੀ ਉਹ ਸਾਡੇ ਕੰਨੇ ਗਏ ਰਵਾ ਕਰਦੇ ਨੇ। ਅਤੇ ਇਸ ਕਰੀਏ ਮੈਂ ਬੜੀ ਖੁਸ਼ ਹਾਂ ਕਿ ਉਹਦੀਆਂ ਕੁੜੀਆਂ ਇੰਨਾ ਕੰਮ ਕਰਾ ਕਰਦੀਆਂ ਨੇ, ਮੇਰੇ ਕੋਲ ਆਈਆਂ ਏਡੀ ਦੂਰਾ। ਦੇਖੋ ਵੀ ਬੜੀ ਖੁਸ਼ੀ ਹੋਈ, ਜਿਵੇਂ ਮੇਰੀ ਆਪਣੀ ਧੀ ਮੇਰੇ ਘਰ ਆਉਂਦੀ ਹੈ, ਵੀ ਬੜਾ ਅੱਛਾ ਲੱਗਾ। ਬਾਕੀ ਇਹ ਹੈ ਕਿ ਜਿੱਥੋਂ ਤੱਕ ਹੋ ਸਕੇ ਡੋਗਰੀ ਬੋਲਣੀ ਚਾਹੀਦੀ, ਤਾਂ ਕਿ ਜਿਹੜੇ ਡੋਗਰੀ ਲੇਖਕ ਹੈਨ, ਜਿਹੜੇ ਨਹੀਂ ਹੈਨ, ਉਹਦਾ ਅਸਤਿਤਵ ਬਣਦਾ ਰਵੇ, ਤੁਹਾਡਾ ਅਸਤਿਤਵ ਬਣਦਾ ਰਵੇ। ਹਰ ਕਿਸੇ ਦਾ ਅਸਤਿਤਵ ਆਪਣੀ ਭਾਸ਼ਾ ਕੰਨੇ ਹੁੰਦਾ, ਮਾਤਰੀ ਭਾਸ਼ਾ ਕੰਨੇ ਹੁੰਦਾ। ਅੱਜ ਕੱਲ੍ਹ ਸਭ ਹਿੰਦੀ ਬੋਲਾਂ ਦੇ, ਜਨਾਨੀਆਂ ਵੀ ਹਿੰਦੀ ਬੋਲਾਂ ਦੀਆਂ, ਬੱਚੇ ਵੀ ਅੱਗੋਂ ਹਿੰਦੀ ਬੋਲਾਂ ਦੇ। ਹਿੰਦੀ ਕੰਨੇ ਵੀ ਕੋਈ ਇਤਰਾਜ਼ ਨਹੀਂ, ਹਿੰਦੀ ਸਾਡੀ ਰਾਸ਼ਟਰ ਭਾਸ਼ਾ ਹੈ, ਉਹ ਤਾਂ ਆਈ ਗਿਆ ਜਾਣੀ ਹੈ।
ਉਹ ਤੇ ਆਉਣੀ ਗੈ ਚਾਹੀਦੀ ਹੈ, ਪਰ ਜਿਹੜੀ ਮਾਤਰੀ ਭਾਸ਼ਾ ਹੈ ਉਹ ਵੀ ਆਉਣੀ ਚਾਹੀਦੀ ਹੈ। ਸਾਡੇ ਦੀਨੂ ਭਾਈ ਪੰਤ ਔਰ ਬੜੇ ਵੱਡੇ ਸਾਡੇ ਸਾਰੇ ਕੋਲ ਬਜ਼ੁਰਗ ਮਤਲਬ ਹੈ ਕਵੀ ਹੈ, ਉਹਨੇ ਲਿਖਿਆ ਹਿੰਦੀ ਸਾੜੀ ਦਾਦੀ ਹੈ ਅਤੇ ਡੋਗਰੀ ਹੈ ਮਾਂ, ਦਾਦੀ ਥਾਰ ਦਾਦੀ ਹੈ ਅਤੇ ਮਾਊ ਥਾਰ ਮਾਂ। ਇਸ ਕਰੀਏ ਦੋਨੇ ਦੀ ਇੱਜ਼ਤ ਹੋਣੀ ਚਾਹੀਦੀ, ਔਰ ਕੁੰਵਰ ਵਿਯੋਗੀ ਔਰ ਦੋਨੇ ਦੀ ਬੜੀ ਇੱਜ਼ਤ ਕੀਤੀ। ਔਰ ਇਵੇਂ ਵੀ ਸਹੀ ਹੁੰਦਾ, ਜਿੱਥੇ ਕੁੰਵਰ ਵਿਯੋਗੀ ਰਹਿੰਦਾ ਹੈ ਉੱਥੇ ਕਮ ਸੇ ਕਮ ਡੋਗਰੀ ਰਹਿੰਦੀ ਹੈ। ਔਰ ਐਸੇ ਲੇਖਕ ਦਾ ਜਾਣਾ ਕਦੇ ਜਾਣਾ ਨਹੀਂ ਹੁੰਦਾ, ਉਹ ਹਮੇਸ਼ਾ ਸਾਡੇ ਕੰਨੇ ਨੇ। ਮੈਂ ਹਮੇਸ਼ਾ ਇਹ ਸੋਚਦੀ ਹਾਂ ਕਿ ਉਹਨੇ ਜਿੰਨਾ ਕੰਮ ਕੀਤਾ ਡੋਗਰੀ ਵਾਸਤੇ, ਡੋਗਰੀ ਜਿੰਨਾ ਪਿਆਰ ਕੀਤਾ, ਉਹ ਡੋਗਰੀ ਦੇ ਬਾਰੇ 'ਚ ਲੋਕਾਂ ਨੇ ਦੱਸਿਆ, ਉਹ ਬੜੀ ਵੱਡੀ ਗੱਲ ਹੈ। ਔਰ ਕੁੰਵਰ ਵਿਯੋਗੀ ਹਮੇਸ਼ਾ ਸਾਡੇ ਕੰਨੇ ਨੇ। ਮੈਂ ਨਹੀਂ ਆਖਦੀ ਕਿ ਉਹ ਨਹੀਂ ਹਨ, ਉਹ ਸਾਡੇ ਕੰਨੇ ਹਨ, ਹਮੇਸ਼ਾ ਰਹਿਣਗੇ।